بسم اللہ الرحمن الرحیم، السلام علیکم دوستو، امید ہے سب دوست سب بھائی خیریت نال ہو دے۔ دوستو میں عمران اسلم وڑیج، دوستو ساڈی لوکیشن جیڑی ضلع سرگودہ تھانہ جھاوریاں چک حیات پورے، تے ساڈے کنٹیکٹ نمبر جیڑے نے 0341692325، 0 پورا 300 896 3690 ਬੇਰਾ ਇੰਟਰਚੇਂਜ ਸਾਲਮ ਇੰਟਰਚੇਂਜ ਤੋਂ ਵੀ ਦੋਸਤੋ ਸਾਨੂੰ ਨਜ਼ਦੀਕ ਹੈ। ਦੋਸਤੋ ਇਸ ਤੋਂ ਇਲਾਵਾ ਮੇਰਾ ਇੱਕ ਸਾਊਦੀ ਅਰੇਬੀਆ ਦਾ ਨੰਬਰ ਹੈ 0 58 0 50 53 83। ਤਿੰਨੋਂ ਨੰਬਰਾਂ 'ਤੇ ਵਟਸਐਪ ਈਮੋ ਬਣੀ ਹੈ। ਕਿਸੇ ਦੋਸਤ ਨੂੰ ਵੀ ਕੋਈ ਜਾਨਵਰ ਪਸੰਦ ਆਵੇ ਰਾਬਤਾ ਕਰ ਸਕਦਾ ਹੈ, ਠੀਕ ਹੈ ਜੀ। ਨਾ ਵੀ ਆਵੇ ਤਾਂ ਵੀ ਰਾਬਤਾ ਕਰ ਸਕਦਾ ਹੈ ਜੀ, ਕੋਈ ਮਸਲਾ ਨਹੀਂ ਐਸਾ। ਡਿਸਕ੍ਰਿਪਸ਼ਨ ਵਿੱਚ ਵੀ ਦੋਸਤੋ ਸਾਡੇ ਨੰਬਰ ਦਿੱਤੇ ਹੁੰਦੇ ਨੇ, ਫੇਸਬੁੱਕ ਆਈਡੀ, ਫੇਸਬੁੱਕ ਪੇਜ, ਫੇਸਬੁੱਕ ਗਰੁੱਪ ਦੇ ਲਿੰਕਸ ਮੌਜੂਦ ਨੇ। ਅਤੇ ਦੋਸਤੋ ਇਹ ਗਾਵਾਂ ਕੱਲ੍ਹ ਵੀ ਇਹਨਾਂ ਦੀ ਮੈਂ ਵੀਡੀਓ ਅਪਲੋਡ ਕੀਤੀ ਸੀ। ਕੱਲ੍ਹ ਮਹਿਮਾਨ ਆਏ ਪਏ ਸਨ ਡੇਰੇ 'ਤੇ, ਅਤੇ ਉਹਨਾਂ ਗਾਂ ਲਈ ਸੀ। ਫਿਰ ਮੱਝ ਵੀ ਉਹਨਾਂ ਨੂੰ ਪਸੰਦ ਆ ਗਈ, ਗਵਾਲ ਵਾਲੀ ਮੱਝ, ਉਹਨਾਂ ਗਵਾਲ ਵਗੈਰਾ ਹੋਵੇ ਦਾ ਨਿਜ਼ਾਮ। ਮਾਸ਼ਾਅੱਲਾ ਜੀ ਕੱਲ੍ਹ ਗਾਂ ਸੂਈ ਗਏ, ਉਹਨਾਂ ਦੇ ਹੁੰਦੀਆਂ ਹੀ ਸੂਈ ਹੈ, ਅਤੇ ਕਾਫੀ 5-6 ਬੰਦੇ ਸਨ ਜੀ। ਅੱਲਾ ਪਾਕ ਉਹਨਾਂ ਨੂੰ ਨਸੀਬ ਕਰੇ ਜੀ। ਗਾਂ ਦਾ ਦਿਲ ਵੀ ਕੋਈ ਨਹੀਂ ਜਾਣੇ ਤੇ, ਵੱਛੀ ਪਿੱਛੇ ਪਿੱਛੇ ਅੱਗੇ ਵੱਛੀ ਚੁੱਕ ਲੈਂਦੇ ਨਾ, ਅਤੇ ਜਾਨਵਰ ਸੌਖਾ ਟੁਰ ਲੈਂਦਾ, ਉਹ ਭੱਜਦਾ ਫਿਰ ਫਲ ਦੇ ਮਗਰ। ਅਤੇ ਦੋਸਤੋ ਉਹਦੇ ਤੋਂ ਇਲਾਵਾ ਵੀ ਸਾਡੇ ਕੋਲ ਕਾਫੀ ਜਾਨਵਰ ਮੌਜੂਦ ਨੇ। ਇਹਨਾਂ ਦੀ ਮੈਂ ਕੱਲ੍ਹ ਤੁਹਾਨੂੰ ਦੱਸਿਆ ਸੀ, ਮੱਝ 1,35,000 ਦੀ ਦਿੱਤੀ, ਗਾਂ 1,95,000 ਦੀ ਦਿੱਤੀ। ਅੱਲਾ ਪਾਕ ਇਹਨਾਂ ਨਸੀਬ ਕਰੇ, ਚੋਣੀ ਪੀਣੀ ਦੇ ਜੀ। ਗਾਂ ਨੇ ਬੜੀ ਪਿਆਰੀ ਚੋਲਸਤਾਨੀ ਕ੍ਰਾਸ ਵੱਛੀ ਦਿੱਤੀ ਜੀ, ਅਤੇ ਅਗਲੇ ਸੂਬੇ ਇਸ ਗਾਂ ਨਾਲ ਹੋਇਆ ਵੱਛੀ ਡਾਢੀ ਹੋਣੀ। ਕਿਉਂ ਕਿ ਇਹ ਗਰਮੀ ਸਰਦੀ ਇਹਨੂੰ ਕੋਈ ਪਰਵਾਹ ਨਹੀਂ ਹੋਣੀ। ਅਤੇ ਦੋਸਤੋ ਇਹਦੇ ਤੋਂ ਇਲਾਵਾ ਵੀ ਦੋ ਗਾਵਾਂ ਦੀ ਵੀਡੀਓ ਹੋਣੀ, ਥੋੜ੍ਹੀ ਦੇਰ ਤੱਕ ਅਪਲੋਡ ਹੋ ਜਾਂਦੀ। ਉਹ ਵੀ ਗਾਵਾਂ ਇਨਸ਼ਾਅੱਲਾ ਤੁਹਾਨੂੰ ਪਸੰਦ ਆਉਣ ਦੀਆਂ, ਤੁਹਾਡੇ ਵੇਖਣ ਵਾਲੀਆਂ ਨੇ। ਇੱਕ ਜਰਸੀ ਫਰੀਜ਼ੀਅਨ ਕ੍ਰਾਸ ਹੈ, ਇੱਕ ਫਰੀਜ਼ੀਅਨ ਹੋਲਸਟੇਨ ਫਰੀਜ਼ੀਅਨ ਕ੍ਰਾਸ ਹੈ। ਕੱਲ੍ਹ ਹੀ ਦੋਸਤੋ ਇਹ ਗਾਵਾਂ ਗਾਂ ਅਤੇ ਮਾਈਲ ਅਪਲੋਡ ਹੋ ਜਾਣੀਆਂ ਸਨ, ਲੇਕਿਨ ਅਪਲੋਡ ਨਹੀਂ ਕਰਾ ਸਕੇ। ਵਜ੍ਹਾ ਕਿ ਕੱਲ੍ਹ ਗਾਂ ਸੂਣ ਲੱਗ ਪਈ ਸੀ, ਅਤੇ ਫਿਰ ਰੋਕ ਲਈ ਗਈ ਸੀ ਗਾਂ ਕਿ ਚਲੋ ਸੂ ਲੇ, ਜੇਠ ਸ਼ੇਰ ਸੱਟ ਲੇ। ਫਿਰ ਕੱਲ੍ਹ ਗਾਂ ਸੂ ਪੀ ਤੇ ਅਲਹਮਦੁਲਿਲਾ ਖੈਰ ਹੋ ਗਿਆ। ਬੰਦਿਆਂ ਦੇ ਹੁੰਦੀਆਂ ਹੀ ਸੂਈ ਸੀ ਜੀ, ਗਾਂ ਜੇਠ ਸ਼ੇਰ ਆਰਾਮ ਨਾਲ ਪਾ ਛੱਡੀ ਸੀ ਜੀ, ਸੱਟ ਛੱਡੀ ਸੀ। ਅਤੇ ਅੱਜ ਜੀ ਉਹਨਾਂ ਦੀ ਮਾਨਤਾ ਉਹਨਾਂ ਦੇ ਘਰ ਜੀ ਚੱਲੀਆਂ ਜਾਣ ਦੀਆਂ ਇਨਸ਼ਾਅੱਲਾ। ਦੋਸਤੋ ਆਪਣੇ ਚੈਨਲ ਮਵੇਸ਼ੀ ਮੰਡੀ ਟੀਵੀ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਕਿ ਤੁਹਾਡੇ ਤੱਕ ਸਾਡੀ ਮਜ਼ੀਦ ਆਉਣ ਵਾਲੀ ਵੀਡੀਓਜ਼ ਪਹੁੰਚਦੀਆਂ ਰਹਿਣ। ਅਤੇ ਦੋਸਤੋ ਇਨਸ਼ਾਅੱਲਾ ਇਨਸ਼ਾਅੱਲਾ ਹਰ ਹਫ਼ਤੇ 10-12 ਜਾਨਵਰ ਅਸੀਂ ਲੈਂਦੇ ਰਹਿੰਦੇ ਹਾਂ, ਅਪਲੋਡ ਕਰਦੇ ਰਹਿੰਦੇ ਹਾਂ। ਜ਼ਿਆਦਾਤਰ ਆਪਣਾ ਹੀ ਮਾਲ ਲੈਂਦੇ ਹਾਂ, ਆਪਣਾ ਹੀ ਅਪਲੋਡ ਕਰਦੇ ਹਾਂ। ਹੁਣ ਕੋਸ਼ਿਸ਼ ਕਰਾਂ ਦੇ ਬਾਹਰ ਵੀ ਥੋੜ੍ਹਾ ਜਿਹਾ ਜਾਨਵਰ ਅਪਲੋਡ ਕਰੀ, ਇੱਕ ਵਾਰੀ ਤੁਹਾਨੂੰ ਉਹਨਾਂ 'ਚ ਵੀ ਕੋਈ ਪਸੰਦ ਆ ਜਾਏ, ਤੁਸੀਂ ਬਿਆਨ ਨਾ ਕਰੋ ਕਰੋ ਦੇ ਰੋਕ ਲਾਂ ਕਰਾਂਗੇ। ਦੋਸਤੋ ਇਹਦੇ ਤੋਂ ਇਲਾਵਾ ਇੱਕ ਮੱਝ ਵੀ ਖੜੀ ਹੈ, ਅਤੇ ਮਾਸ਼ਾਅੱਲਾ ਬੜੀ ਪਿਆਰੀ ਮੱਝ, ਅੱਗੇ ਉਹਦੀ ਵੀਡੀਓ ਵੀ ਇੱਕ ਅਪਲੋਡ ਕੀਤੀ, ਲੇਕਿਨ ਹੁਣ ਤਿਆਰੀ ਕਰਦੀ ਫਿਰਦੀ ਮੱਝ। ਹਾਲੇ ਵੀ ਦਿਹਾੜੇ 5-6 ਮੱਝ ਨੇ ਲੈ ਜਾਣੇ ਨੇ, ਉਹ ਵੀ ਇਨਸ਼ਾਅੱਲਾ ਵਿਖਾਉਂਦੇ। ਗਾਵਾਂ ਵੀ ਦੋ ਤਿਆਰ ਨੇ, ਉਹ ਵੀ ਵਿਖਾਉਂਦੇ। ਅਤੇ ਇਹਨਾਂ ਤੋਂ ਇਲਾਵਾ ਵੀ ਕੋਈ ਕਿਸੇ ਕਿਸਮ ਦਾ ਵੀ ਜਾਨਵਰ ਚਾਹੀਦਾ ਹੋਵੇ, ਦੋਸਤੋ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਗਾਂ ਕਿਸ ਕਿਸਮ ਦੀ ਚਾਹੀਦੀ, ਮੱਝ ਕਿਸ ਕਿਸਮ ਦੀ ਚਾਹੀਦੀ, ਲੈ ਆਉਂਦੇ ਲੈ ਦੇ ਆਉਂਦੇ, ਕੋਈ ਮਸਲਾ ਨਹੀਂ। ਅਤੇ ਬਾਕੀ ਦੋਸਤੋ ਫਿਰ ਮੈਂ ਰਿਕੁਐਸਟ ਕਰਨ ਦਾ, ਆਪਣੇ ਚੈਨਲ ਨੂੰ ਜ਼ਰੂਰ ਲਾਈਕ ਕਰ ਲਓ, ਵੀਡੀਓ ਜ਼ਰੂਰ ਲਾਈਕ ਕਰ ਛੱਡਿਆ ਕਰੋ। ਦੋਸਤੋ ਮਿਹਰਬਾਨੀ ਤੁਹਾਡੀ, ਖੁਸ਼ ਰਹੋ, ਜਿੰਦੇ ਵਸੇ ਰਹੋ, ਦੁਆਵਾਂ ਯਾਦ ਰੱਖਿਓ ਜੀ। ਅਤੇ ਅੱਲਾ ਪਾਕ ਖੈਰ ਹੋਇਆ ਫਿਰ ਨਾਲ ਇਹਨਾਂ ਦੀ ਮਾਨਤਾ ਇਹਨਾਂ ਤੱਕ ਪਹੁੰਚਾਏ ਜੀ, ਖੈਰ ਹੋਵੇ। ਦੋਸਤੋ ਇਹ ਠੀਆ ਬਣਾ ਦਿੱਤਾ ਜੀ, ਠੀਆ ਕਹਿੰਦੇ ਹੋ ਜਾਂ ਜਗ੍ਹਾ ਜਿੱਥੋਂ ਜਾਨਵਰ ਅਪਲੋਡ ਕੀਤੇ ਨੇ, ਮਾਸ਼ਾਅੱਲਾ ਠੀਕ ਠਾਕ ਬਣ ਗਿਆ। ਰਾਜਾ ਹੁਸੈਨ ਜਰਮਨੀ ਸਾਹਿਬ ਦੀ ਰਿਕੁਐਸਟ ਸੀ ਸਰ। ਹੋਰ ਇਸ ਤੋਂ ਇਲਾਵਾ ਸਾਡੀ ਵੀਡੀਓ ਸਾਡੇ ਜਾਨਵਰਾਂ ਦੀ ਕੋਈ ਕਮੀ ਪੇਸ਼ੀ ਹੋਵੇ, ਦੋਸਤੋ ਤੁਸੀਂ ਰਾਬਤਾ ਕਰ ਸਕਦੇ ਹੋ ਵਟਸਐਪ ਈਮੋ 'ਤੇ, ਦੱਸ ਸਕਦੇ ਹੋ ਕਿ ਇਮਰਾਨ ਭਾਈ ਇਹ ਆਪਣੀ ਬਿਹਤਰੀ ਕਰ ਲਓ। ਇਨਸ਼ਾਅੱਲਾ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਉਹ ਠੀਕ ਕਰ ਲਈਏ। ਦੋਸਤੋ ਅਗਲੀ ਵੀਡੀਓ ਤੱਕ ਇਜਾਜ਼ਤ ਚਾਹਵਾਂਗਾ, ਅੱਲਾ ਹਾਫੀ, ਦੁਆਵਾਂ ਯਾਦ ਰੱਖਿਓ ਜੀ, ਆਪਣਾ ਖਿਆਲ ਰੱਖਿਓ ਜੀ। ਮਵੇਸ਼ੀ ਮੰਡੀ ਟੀ ਵੀ ਚੈਨਲ ਨੂੰ ਜ਼ਰੂਰ ਲਾਈਕ ਜ਼ਰੂਰ ਕਰਿਓ, ਸਬਸਕ੍ਰਾਈਬ ਵੀ ਕਰ ਲਓ, ਤਾਂ ਕਿ ਤੁਹਾਡੇ ਤੱਕ ਸਾਡੀ ਮਜ਼ੀਦ ਵੀਡੀਓਜ਼ ਆਉਂਦੀਆਂ ਰਹਿਣ। ਅੱਲਾ ਹਾਫੀਜ਼।